ढेर सारे लोग, सबका अलग अलग व्यवहार, इन सबको मिलाकर बनता है एक परिवार। जी टीवी कनाडा हर परिवार की खुशी चाहता है और इसलिए जी टीवी कनाडा पेश करता है ब्रांड न्यू शो हैप्पी जी फैमिली। ढेर सारी मस्ती, ढेर सारा प्यार, गौरव शाह और आपका परिवार, और फिर हर परिवार कहलाएगा हैप्पी जी फैमिली। अरे टिप 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 बारिश शुरू हो गई यार। कल्ली बारिश नहीं हो रही, हल्की हल्की फ्लरीज भी आ रही है, पर सानू वाली टेंशन नहीं। अपा टेंशन लई दी नहीं, नाले वैसे भी यार अपा पहुंच गया बीसी कल्चरल भांगड़ा अकैडमी के बाहर। रूपी पाजी उन्होंने स्टूडेंट्स के मम्मी डैडी सारे इंतजार कर रहे हैं। वैसे भी यार मैं थोड़ा जहा लेट हो गया, डर तो लग रहा है कि इतने डांट ना पै जी यार। आई नो उन्हें मेरी स्कूल से डांट पैंती थी, मैं रो पैंता सी, अज पै गई कि मैं फिर ना रो पवा, इस करके बड़ा टाइम वेस्ट करना नहीं। अंदर चलते हैं तो खेलते हैं हैप्पी जी फैमिली। जी दोस्तों पेश करते हैं रूपी भाजी भाई, सत श्रीकाल जी। जिवें तो मैं बाहर दस्या सीगा यार कि जी टीवी कैनेडा यानी कि हैप्पी जी फैमिली अज का बड़ा खास एपीसोड होने वाला है, तो खास एपीसोड है पाजी के बच्चों के नाल। कोई 100 बच्चे कह रहे नहीं, आई मीन जैसे पाजी टीचर पाजी टीचर ने भंगड़ा सिखा रहे ने पिछले काफ़ी सालों तो, ते बीसी कल्चरल भंगड़ा अकैडमी इन्हों की याद भी हैगी है। एंड लेट्स टॉक टू पाजी। पाजी सत श्रीकाल, सब तो पहला सत श्रीकाल। जी टीवी कैनेडा का यह हैप्पी जी फैमिली का जोड़ा शो हैगा, यूजली आप फैमिलीज दे विच करते हैं, बट इस बार सोचा कुछ वखरा किया जाए, कुछ स्पेशल किया जाए। सो ਤੁਹਾਡੀ ਅਕੈਡਮੀ ਨੂੰ ਚੁਣਿਆ ਹੈਗਾ ਐਂਡ ਯੂ ਆਲਸੋ ਗੇਵ ਦੀ ਪਰਮਿਸ਼ਨ ਕਿ ਸ਼ੂਟ ਕਰ ਲਈ ਆ ਕੇ। ਨਹੀਂ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਸੀ ਟੀ ਵੀ ਦੀ ਟੀਮ ਦਾ, ਅਤੇ ਤੁਸੀਂ ਡੀ ਸੀ ਕਲਚਰ ਨੂੰ ਸਿਲੈਕਟ ਕੀਤਾ ਇਸ ਵਾਸਤੇ, ਅਤੇ ਤਾਂ ਹੀ ਅੱਜ ਫਿਰ ਇੰਨੀਆਂ ਰੌਣਕਾਂ ਲੱਗੂਗੀ। ਬਿਲਕੁਲ ਲੱਗਣਗੀਆਂ ਭਾਈ, ਰੌਣਕਾਂ ਬਿਲਕੁਲ ਲੱਗਣਗੀਆਂ। ਅਤੇ ਮੈਂ ਭਾਅ ਜੀ ਇਹ ਜਾਣਨਾ ਚਾਹੁੰਦਾ ਕਿ ਕਿੰਨੇ ਸਾਲ ਹੋ ਗਏ ਨੇ ਬੀ ਸੀ ਕਲਚਰ ਭੰਗੜਾ ਅਕੈਡਮੀ ਨੂੰ? ਆਪਣੀ ਅਕੈਡਮੀ ਨੂੰ ਖੋਲ੍ਹੇ ਨੂੰ ਤਕਰੀਬਨ ਗੌਰਵ 17 ਸਾਲ ਹੋ ਗਏ। ਅਤੇ ਆਪਣੀ ਅਕੈਡਮੀ ਦੇ ਵਿੱਚ ਜਦੋਂ ਅਸੀਂ ਸਟਾਰਟ ਕੀਤੀ ਸੀ, ਆਈ ਸਟਾਰਟ ਦ ਅਕੈਡਮੀ ਫਰੋਮ 2 ਕਿਡਸ ਇਨ ਦ ਪਾਰਕਿੰਗ ਲੋਟ। ਓ ਮਾਈ ਗੋਡ, ਮੇਰੀ ਜਰਨੀ ਜਿਹੜੀ ਸਟਾਰਟ ਹੋਈ ਹੈ ਪਾਰਕਿੰਗ ਲੋਟ ਤੋਂ ਸਟਾਰਟ ਹੋਈ ਹੈ। ਸੋ 2 ਦੇ 4 ਦੇ 8 ਬੱਚੇ, 10 ਬੱਚੇ ਉਹ ਪਾਰਕਿੰਗ ਲੋਟ 'ਚ ਹੀ ਗਰੋਥ ਹੋਣੀ ਸ਼ੁਰੂ ਹੋ ਗਈ ਸੀ। ਫਿਰ ਉੱਥੋਂ, ਕਿਉਂਕਿ ਉਦੋਂ ਇੰਨਾ ਕੋਲ ਪੈਸੇ ਨਹੀਂ ਸੀ ਹੁੰਦੇ ਵੀ ਕੋਈ ਰੈਂਟ 'ਤੇ ਲੈਣੀ ਹੈ, ਉਸ ਤੋਂ ਵੀ ਉਹ ਫੀਸਾਂ ਵੀ ਨਹੀਂ ਸੀ ਹੁੰਦੀਆਂ, ਫਿਰ ਹੀ ਕਰਦੇ ਸੀ, ਸ਼ੌਂਕ ਸੀਗਾ। ਅਤੇ ਫਿਰ ਹੌਲੀ ਹੌਲੀ ਉੱਥੋਂ ਚੱਲਦੇ ਸਫ਼ਰ ਕਰਦੇ ਕਰਦੇ ਤਕਰੀਬਨ ਮੈਤੋਂ 4 ਤੋਂ 5 ਹਜ਼ਾਰ ਦੀ ਅਮਾਊਂਟ ਦੇ ਵਿੱਚ ਬੱਚੇ ਜਿਹੜੇ ਸਿੱਖ ਕੇ ਚਲੇ ਗਏ ਆ ਅਕੈਡਮੀ ਦੇ ਵਿੱਚੋਂ। ਅਤੇ ਇਸ ਟਾਈਮ ਆਪਣੀ ਅਕੈਡਮੀ ਦੇ ਵਿੱਚ ਆਲਮੋਸਟ 550 ਦੇ ਕਰੀਬ ਸਟੂਡੈਂਟਸ ਹੈਗੇ ਆ ਐਟ ਪ੍ਰੈਜ਼ੈਂਟ ਟਾਈਮ। ਦੈਟ ਇਜ਼ ਅ ਹਿਊਜ ਅਮਾਊਂਟ। ਵੀ ਆਰ ਸਿਟਿੰਗ ਇਨ ਸਰੀ ਇਨ ਕੈਨੇਡਾ ਐਂਡ 500 ਬੱਚਾ ਇਜ਼ ਹਿਊਜ ਅਮਾਊਂਟ। ਇਟਸ ਅ ਹਿਊਜ ਅਮਾਊਂਟ। ਜਦੋਂ ਇੱਥੇ ਸੌਕਰ ਦੇ ਟੂਰਨਾਮੈਂਟ ਹੁੰਦੇ ਆ ਨਿਊਟਨ ਪਾਰਕ ਦੇ ਵਿੱਚ ਤਾਂ ਨਹੀਂ ਹੁੰਦੇ, ਅਤੇ ਉੱਥੇ ਐਕਚੁਲੀ ਮੇਰੀ ਟੀਮ ਜਾਂਦੀਆਂ ਨੇ, 10 ਟੀਮਾਂ ਇਕੱਠੀਆਂ। ਪਿਛਲੀ ਵਾਰੀ ਅਸੀਂ 160 ਬੱਚੇ ਨੂੰ ਇਕੱਠਿਆਂ ਨੂੰ ਭੰਗੜਾ ਕਰਵਾਇਆ ਸੀਗਾ ਨਿਊਟਨ ਪਾਰਕ ਦੇ ਵਿੱਚ, ਸਾਡੀ ਪਾਰਕਿੰਗ ਦੇ ਵਿੱਚ ਪ੍ਰੈਕਟਿਸ ਹੁੰਦੀ ਹੈਗੀ ਅਤੇ ਉੱਥੇ ਜਾ ਕੇ ਪਰਫੋਰਮੈਂਸ ਕੀਤੀ। ਸੋ ਇਹ ਜਿਹੜੀ ਜਿੱਦਾਂ ਤੁਸੀਂ ਪਾਰਕਿੰਗ ਲੋਟ ਤੋਂ ਸੀਗਾ ਸ਼ੁਰੂਆਤ ਕੀਤੀ ਸੀ 2 ਬੱਚਿਆਂ ਦੇ ਨਾਲ, ਇਹ ਸ਼ੁਰੂਆਤ ਜਿਹੜੀ ਸੀਗੀ ਇਹ ਕਿਹੜੇ ਇਲਾਕੇ 'ਚ ਕੀਤੀ ਸੀਗੀ? ਸਰੀ 'ਚ? ਸਰੀ 'ਚ, ਸਰੀ ਦੇ ਵਿੱਚ। ਕਿਹੜਾ ਉਹ ਖੁਸ਼ਨਸੀਬ ਪਾਰਕਿੰਗ ਲੋਟ ਸੀਗਾ ਭਾਅ ਜੀ, ਕਿਹੜਾ ਏਰੀਆ ਸੀਗਾ? ਇੱਕ ਨਹੀਂ ਸੀਗਾ, ਜਿੱਥੇ ਥਾਂ ਮਿਲ ਜਾਂਦੀ ਸੀ ਸਾਨੂੰ। ਓ ਮਾਈ ਗੋਡ! ਅਤੇ ਇੱਕ ਮੇਰੇ ਕੋਲ ਬਹੁਤ ਛੋਟੀ ਜਿਹੀ ਕਾਰ ਹੁੰਦੀ ਸੀਗੀ, ਸੋ ਉਦੋਂ ਕੈਸਟ ਪਲੇਅਰ ਚੱਲਦੇ ਹੁੰਦੇ ਸੀਗੇ। ਸੋ ਮੈਂ ਆਪਦੇ ਇੰਡੀਆ ਫਰੈਂਡਸ ਨੂੰ ਫੋਨ ਕਰਕੇ ਕਹਿਣਾ ਵੀ ਮੈਨੂੰ ਉਹ ਨਾ ਗਾਣੇ ਕੈਸਟ ਦੇ ਵਿੱਚ ਪਾ ਕੇ ਰਿਕਾਰਡ ਕਰਕੇ ਭੇਜ ਦਿਓ, ਅਤੇ ਤਾਂ ਕਿ ਮੈਂ ਉਹ ਬੱਚਿਆਂ ਨੂੰ ਭੰਗੜਾ ਸਿਖਾ ਸਕਾਂ ਗਾਣਿਆਂ ਦੇ ਉੱਤੇ, ਕਿਉਂਕਿ ਉਦੋਂ ਇੰਨੀ ਹੈਸੀਅਤ ਹੈ ਨਹੀਂ ਸੀ ਵੀ ਸੀਡੀ ਪਲੇਅਰ ਵੀ ਲੈ ਲਈਏ। ਸੋ ਫਿਰ ਉਦੋਂ ਪੇਰੈਂਟਸ ਨੇ ਕਿਹਾ ਵੀ ਤੂੰ ਫੀਸ ਲੈ ਵੀ ਥਾਂ ਲੱਭ। ਸੋ ਉਦੋਂ ਫੀਸ ਸਟਾਰਟ ਕੀਤੀ ਸੀ $20, $20 ਤੋਂ ਫਿਰ ਅਸੀਂ ਇੱਕ ਥਾਂ ਲੱਭੀ। ਮੈਂ ਤਕਰੀਬਨ 7 ਤੋਂ 8 ਡਿਫਰੈਂਟ ਜਗ੍ਹਾ ਹੋਣੀਆਂ ਨੇ ਜਿੱਥੇ ਅਸੀਂ ਸਟਰਗਲ ਕਰ ਕਰਕੇ ਤੁਰ ਤੁਰ ਕੇ ਫਾਈਨਲੀ ਇੱਥੇ ਡੇਰੇ ਲਾਏ। ਓ ਮਾਈ ਗੋਡ, ਦੈਟ ਇਜ਼ ਐਨ ਅਮੇਜ਼ਿੰਗ ਸਟੋਰੀ। ਮੇਰੇ ਖਿਆਲ ਤਾਂ ਇਸ 'ਤੇ ਇੱਕ ਵੱਖਰਾ ਐਪੀਸੋਡ ਬਣ ਗਿਆ, ਲੇਕਿਨ ਕਿਉਂਕਿ ਇਹ ਹੈਪੀ ਜੀ ਫੈਮਿਲੀ ਦਾ ਐਪੀਸੋਡ ਹੈ, ਇਹਦੇ ਵਿੱਚ ਆਪਾਂ ਪੂਰੀ ਫੈਮਿਲੀ ਇੰਕਲੂਡ ਕਰਾਂਗੇ। ਹਾਂਜੀ। ਸੋ ਅੱਜ ਫਿਰ ਬੱਚੇ ਤਿਆਰ ਨੇ ਭਾਅ ਜੀ? ਬੱਚੇ ਪੂਰੇ ਤਿਆਰ ਨੇ, ਪੇਰੈਂਟਸ ਪੂਰੇ ਤਿਆਰ ਨੇ, ਐਵਰੀਬਡੀ ਐਕਸਾਈਟਡ। ਅਤੇ ਇਜਾਜ਼ਤ ਹੈ ਇੰਟਰਵਿਊ ਮਾਰ ਲਈਏ? ਹਾਂਜੀ ਹਾਂਜੀ, ਆ ਜਾਓ ਨਾਲ ਬੱਚਿਆਂ ਦੇ ਨਾਲ ਉਹਨਾਂ ਦੇ ਪੇਰੈਂਟਸ ਦੇ ਨਾਲ ਮੁਲਾਕਾਤ ਬਹੁਤ ਜ਼ਰੂਰੀ ਹੈ। ਹਾਂਜੀ, ਹਾਏ ਮਾਈ ਨੇਮ ਇਜ਼ ਹਰਮਨ। ਹਾਏ ਮਾਈ ਨੇਮ ਇਜ਼ ਰਣਵੀਰ, ਦਿਸ ਇਜ਼ ਮਾਈ ਮਮ।
And that's oh, this is Shay. Cutie pie. Hi. Kanji. Hi, my name is Kiran. He's my huge fan. She's Jabji. Oh, hey, क्या बात है जी? My name is Hussein. My mom. My mom? Hi. कितना cute my mom. हांजी हांजी. Hi, my name is Rupen Jabbar and this is my mom. Wow. Hi, my name is Kulshan Singh Mann. This is my mom. अगली बार. Very good. हांजी कितने अच्छी आ जाओ. Hi, my name is my mom. सच्ची? मैं मेरे मम्मी है मैं नहीं. Hi, my name is Hernika. Hi, my name is Tanya Dhanor. Hi, my name is Amrit. Hi, my name is Muskan and this is my mom. मम्मी तो ना की स्माइल? Amita. अच्छा. Hi, my name is Prisha Turna. Hi, my name is Jasmine. Hi, my name is Amrita. This is my mom. Hi. Hi. क्या चाहिए जी? Good. बढ़िया ही करे पानी पूरी आ रहा है? Very good. Hi. Hi, my name is Jagil. Hi, my name is Amisha Turna. Hi, my name is Abney Alec. Hi, my name is Mira Saran. Hi, my name is Sanawar. Did I miss you? No. No. Hi, my name is Damin. This is my mom. Kia. My name is Sarbji Chahal. Tethe. My name is Anandit Bal. Arre ji, hello ji. Hi, my name is Dylan. This is my mom. This is my mom. Hi, my name is Amber Samra. हाँ जी. Hi, my name is Jasnoor. सच्ची? झूठ नहीं बोल रहा. Very good. ताली बजाइए जोर से एक बार. दोपहर में please come on. Hi, my name is Ria. Hi, my name is Jasdeep. Hi, my name is Tamanna. Hi, my name is Muskan. Hi, my name is Hannah. Hi, my name is Gaurav. This is my mom. Hi, my name is Sukman. Hi, my name is Karmriya. She's my mom. Hi, sister. Hi, my name is Jasmine and this is my mom. Hi, my name is Adipa. Hi, my name is Rajdeep. Hi, my name is Gerlina and this is my mom. Hi, my name is Annie and this is my mom. Hi, my name is Divjo and this is my mom. Hi, my name is Gurman Dudwar. My name is Sabir King. My name is Amrdeep. My name is Harmon Arora. My name is Saj Pasiddhi. My name is Sahib Joe. My name is Pahul. My name is Jasnoor. My name is Karan Soda and this is my mom. ਔਰ ਜੀ ਇਹਨੇ ਸਾਰੇ ਬੱਚੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੁਣ ਬਈ ਇਹਨਾਂ ਦੀ ਵਾਰੀ ਆ ਗਈ ਲਓ ਜੀ ਇਹਨਾਂ ਦਾ ਵੀ ਇੱਕ ਵਾਰ ਨਾਂ ਤਾਂ ਪੁੱਛ ਲੈ ਜੀ ਹਾਂਜੀ ਹਾਈ ਮਾਈ ਨੇਮ ਇਜ਼ ਅਮਰੀਨ ਹਾਈ ਮਾਈ ਨੇਮ ਇਜ਼ ਹਰਜੀਨਾ ਹੈਲੋ ਮਾਈ ਨੇਮ ਇਜ਼ ਅਕਾਸ਼ ਹਾਈ ਮਾਈ ਨੇਮ ਇਜ਼ ਹਰਮਨ ਹਾਈ ਮਾਈ ਨੇਮ ਇਜ਼ ਕ੍ਰਿਸ਼ ਹੈਲੋ ਮਾਈ ਨੇਮ ਇਜ਼ ਫਾਰਮ ਹਾਈ ਮਾਈ ਨੇਮ ਇਜ਼ ਮੋਹਿਤ ਮਾਈ ਨੇਮ ਇਜ਼ ਕੋਵਿਨ ਮਾਈ ਨੇਮ ਇਜ਼ ਸ਼ਾਨ ਮਾਈ ਨੇਮ ਇਜ਼ ਸਚੀ ਹਾਈ ਮਾਈ ਨੇਮ ਇਜ਼ ਅਮੋਲ ਦਿਸ ਇਜ਼ ਪ੍ਰਭਜੀ ਪ੍ਰਭਜੀ ਦੀ ਤਬੀਅਤ ਖਰਾਬ ਹੈ ਕੀ ਹੈ ਹਾਈ ਹਾਈ ਮਾਈ ਨੇਮ ਇਜ਼ ਜੀਲ Hi, my name is Simone. Hi, my name is Jamal. Hi, my name is Gurdaj. Hi, my name is Gurman and I'm with my mom. Wow. Hi, my name is Pipti. Hi, my name is Anmol. My name is Akan. This is my mom. All right. Hi, my name is Parnjo. And? Which one? Gonna... Who's at the back? My mom. Hello, my name is Tan. Acha? Very nice. Hi, my name is Sajid. This is my mom. All right, ji. अच्छा पहले पहले अब पहले ही ऐसी ना जी. हाँ जी. अच्छा एक और भी है क्या पैकेट? ओह अच्छा. Hi, my name is Angela. Like, and this is my mom. Hi. Hi, Kubir. And. My name is Manita. Oh wow. All right. So we इन्होंने मुलाकात होगी होनी कब करें? एक बार सारे में इकट्ठा कर लेने हैं and फिर भाई क्योंकि ब्रेक का भी टाइम होगा सारे इकट्ठे हो जाए एक बार. All right जी BC कल्चर भंगड़ा अकेडमी बस इस थान के विच यार कमाल है यार इस सारे बच्चे बड़े एनर्जेटिक ने भाई बच्चों के नाल उनके पेरेंट्स भी एनर्जेटिक लग रहे ने ओटे वोटे भाई यार ओके एनीवेज पर फन मजा में पढ़ा रहे जी सर असि इंट्रोडक्शन तो कर ली कि नाम सारे ने पूछ ले है बड़ा औखा काम सीगा लेकिन भाई अपना कर लिया है हम इस तो बाद भी आप गेमा गुमा खेडा के मस्ती भी करनी बिकॉज एट दी एंड भाई इस शो का ना सारे जानते हैं एंड दिस इज ओनली ऑन जी टीवी कैनेडा एंड लेट मी डू द रिमाइंडर वन मोर टाइम दिस इज हैप्पी जी वेलकम बैक दोस्तों ऑफ द ब्रेक आप देख रहे हैं जी टीवी कैनेडा और ये हैप्पी जी फैमिली और भाई आप जैसे कि जानते हैं हम आज पहुंचे हुए हैं बीसी कल्चरल पंगड़ा एकेडमी के बच्चों के बीच में और यार यहाँ पे बड़ा कमाल हो रहा है यार कमाल हो रहा है वैसे यूजुअली हम नॉर्मल फैमिलीज में जाते हैं जहां पे मतलब कि नो रिश्तेदार और यू नो मम्मी डैडी बच्चे नाना नानी दादा दादी मामा चाचा फूआ ताता फूफी इतने सारे लोग होते हैं लेकिन यहाँ पर उससे भी ज्यादा लोग हैं लेकिन ये जो लोग हैं ये ऊपर से फैमिली बनकर नहीं आए लेकिन यहाँ पर आके ये फैमिलीज बन चुके हैं और ये बच्चे जो है
साथ में सत श्रीकाल जी मम्मी जीज एंड द बच्चा जीज आर हेयर। सो भाई ये जी फैमिली है ये बड़ी कमाल की फैमिली है लेकिन बड़ी टैलेंटेड फैमिली बिकॉज जी ना भंगड़ा अकैडमी के बच्चे ने सो भंगड़ा तो कर लेंगे लेकिन ये गेम खेलते कि नहीं खेलते यह हूँ साढ़े इस गेमिंग ग्राउंड के पता चलेगा। सो भाई उस दे लई यू नो व्हाट इधर नहीं उधर कमान All right, जी, so Amreen and हरजीना, हरजीना and हरमी नहीं Amreen। मैं ना दे विच थोड़ा पजल होता तो आप करना की है आप एक टंग दे विच ते खड़े होके आप रेस करनी है कर लांगे जी आप भंगड़ा तो कर दी है आप है कि नहीं वो भी है करके ना हूँ तुने 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 Woo! Oh my God! They were almost together. Almost together. Go! Wow! All right. One, two, three, and go! यार मेरे ना पसीने निकल गए यार इन्ने बच्चे शैतान है लेकिन बिकॉज दिस इज बीसी कल्चर भंगड़ा अकैडमी बड़ा ही डिसिप्लिन है इतने यार आ देखो आ इन्हों की बाउंड्रियां बढ़ाती है बच्चे शांत करके बिठा दे बच्चे छोड़ो मम्मी भी बैठी है शांत करके एनीवेज भाई साडा जो गेमिंग राउंड है जारी है सो भाई इस वाले मेरे नहीं वाल नहीं उस वाल देखो लेट्स स्टार्ट गाइस कम ऑन Go start again. Go start again. यार बच्चों ने तो कमाल मिलकर धमाल कर रखा है यहाँ पे लेकिन मैंने सोचा यार बच्चों के साथ बच्चों के मॉम्स यहाँ पर मौजूद है बिकॉज दे आर पार्ट ऑफ द फैमिली सो भाई तो भाई मैं क्या भाई उन्होंने भी मौका दिता जाए वो भी गेम खेल सकन भी हिस्सा ले सकन सो वी गॉट टू मम्मीज हियर हेलो नहीं मम्मी वाला मम्मी नहीं मम्मी मदर वाला मम्मी सत श्री अकाल जी की नाम तुहाडा जी मनजीत एंड सुखी मनजीत एंड सुखी जी आप रेडी हैं जी गेम का पता ही आपको बचपन से खेडी सी वैसे आप खेडी सी हाँ पर सिखाई बच्चे ऑल राइट जी सो दे आर रेडी वी आर रेडी वन टू थ्री एंड गो गाइस कम ऑन ओहो डैडी इज इन द रो कम ऑन स्टार गेमां भी खेड लिया मतलब इंट्रोडक्शन ते गेमां विच यार धमाल पाती है इन्हां बच्चियां ने तो सोचो एज दिस इज
BC ਕਲਚਰਲ ਪਗੜਾ ਅਕੈਡਮੀ ਤੇ ਮੈਂ ਕਿਹਾ ਜੀ ਟੈਲੈਂਟ ਰਾਊਂਡ ਦੇ ਵਿੱਚ ਤਾਂ ਇਹਨਾਂ ਨੇ ਅੱਜ ਹੀ ਲੈ ਛੱਡਣੀ ਹੈ ਓਏ ਮੈਨੂੰ ਤਾਂ ਹੁਣ ਤੋਂ ਅੱਗ ਲੱਗ ਰਹੀ ਲੇਕਿਨ ਚੰਗੀ ਜਿਹੜੀ ਅੱਗ ਲੱਗ ਰਹੀ ਮਤਲਬ ਕਿ ਐਂਟਰਟੇਨਮੈਂਟ ਦੀ ਅੱਗ ਲੱਗ ਰਹੀ ਹੈ ਐਂਡ ਵੈਸੇ ਵੀ ਯੂ ਆਰ ਆ ਵਾਚਿੰਗ ZTV ਕੈਨੇਡਾ ਦਿਸ ਇਜ਼ ਹੈਪੀ ਜ਼ੀ ਫੈਮਿਲੀ ਔਰ ਹੈਪੀ ਜ਼ੀ ਫੈਮਿਲੀ ਦਾ ਅੱਜ ਦਾ ਜਿਹੜਾ ਐਪੀਸੋਡ ਆ ਬੜਾ ਹੀ ਕਮਾਲ ਹੋਣ ਵਾਲਾ ਹੈ ਲੇਕਿਨ ਯੂ ਨੋ ਵਾਟ ਭੁੱਖ ਲੱਗ ਰਹੀ ਹੈ ਛੋਟੀ ਜਿਹੀ ਬ੍ਰੇਕ ਤਾਂ ਬਣਦੀ ਹੈ ਸੋ खास एपीसोड है बच्चे तैयार ने तुसी तैयार हो मैं भी तैयार हाँ तो फिर किस चीज का इंतजार है मैं यही हो जाओ शुरू
You know what? ਮੈਂ ਪਹਿਲਾਂ ਕਿਸੇ ਐਪੀਸੋਡ 'ਚ ਕੀਤਾ ਨਹੀਂ ਹੈਗਾ, ਅੱਜ ਮੈਂ ਕਰਨਾ ਪੈਣਾ ਵੀ BC ਕਲਚਰਲ ਭੰਗੜਾ ਅਕੈਡਮੀ ਵਾਸਤੇ ਲੈਟਸ ਡੂ ਅ 3 ਚੀਅਰਸ ਹਿਪ 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 ਬਣਦਾ ਸੀ ਬਈ ਬਣਦਾ ਸੀਗਾ ਬਈ ਇੰਨੀ એનર્ਜੀ ਤੇ ਲਓ ਜੀ ਬਈ ZTV ਕੈਨੇਡਾ ਦੇ ਵੱਲੋਂ ਇੱਕ ਛੋਟਾ ਜਿਹਾ ਪਿਆਰਾ ਤੋਹਫਾ ਰੂਪੀ ਬਾਜੀ ਥਿਸ ਇਜ਼ ਫॉर ਯੂ BC ਕਲਚਰ ਭੰਗੜਾ ਅਕੈਡਮੀ ਰੌਕਸ ਯਾ ਗਾਇਸ ਕਮ ਆਨ ਜ਼ੋਰ ਦਾ ਤਾਲੀਆਂ ਵੇ ਲਈ So this is all because of you guys. You guys were amazing. ZTV Canada, the Happy Z family. The aaj bahut hi different, bahut hi special episode siga with all these lovely kids. Te inade teacher de naal, bhai inna naal assi galbaat shuruaat vich kar chukke hagya. Paaji, jaan to pehla kuch kehna chahoge sade darshakan nu? Sirf inna hi kehna hai vi bhangde naal judo. Te dab ke bhangda pao jivein gaur paunda hai. Jivein hasda hai. Jivein hasaunda hai. ਆਪਣੀ ਮਾਂ ਬੋਲੀ ਨਾਲ ਜੁੜੋ, ਨਸ਼ਿਆਂ ਤੋਂ ਦੂਰ ਰਹੋ। ਆਪਾਂ ਆਲਵੇਜ਼ ਕਹਿ ਦਿੰਦੇ ਹਾਂ ਬੱਚਿਆਂ ਨੂੰ ਵੀ, ਪੇਰੈਂਟਸ ਨੂੰ ਕਹਿ ਦਿੰਦੇ ਹੁੰਦੇ ਹਾਂ ਵੀ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰੋ, ਰਾਈਟ? ਪਰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਬੱਚਿਆਂ ਨੂੰ, ਆਪਣੇ ਮਾਪਿਆਂ ਦੇ ਨਾਲ ਟਾਈਮ ਸਪੈਂਡ ਕਰੋ। ਪੇਰੈਂਟਸ ਕਈ ਵਾਰੀ ਕਰਨਾ ਚਾਹੁੰਦੇ ਆ, ਬੱਚੇ ਨਹੀਂ ਕਰਦੇ, ਰਾਈਟ? ਸੋ ਜੇ ਦੋਨੇ ਪਾਸਿਓਂ ਐਫਰਟ ਹੋਊਗਾ ਫਿਰ ਸਾਰੇ ਜਾਣੇ ਕਰਨਗੇ। ਨਸ਼ਿਆਂ ਤੋਂ ਦੂਰ ਰਹੋ, ਡਰੱਗਸ ਤੋਂ ਦੂਰ ਰਹੋ, ਗੈਂਗਸ ਤੋਂ ਦੂਰ ਰਹੋ। ਐਂਡ ਵੈਨ ਵੀ ਸੇ ਸ਼ੂਟਿੰਗ, ਇਟ ਇਜ਼ ਕੈਮਰਾ ਸ਼ੂਟਿੰਗ। ਓਕੇ ਆਲਰਾਈਟ ਗਾਇਸ, ਬਹੁਤ ਮਜ਼ਾ ਆਇਆ, ਬਹੁਤ ਚੰਗਾ ਲੱਗਿਆ ਇਸ ਗਰੁੱਪ ਦੇ ਨਾਲ ਇੱਥੇ। ਤੇ ਬਈ ਸੋ ਦਿਸ ਇਜ਼ ਯੋਰ ਹੋਸਟ ਐਂਡ ਦੋਸਤ ਗੌਰਵ ਸ਼ਾਹ ਸਾਈਨਿੰਗ ਆਫ ਫਾਰ ਟੁਨਾਈਟ। ਅੱਜ ਦੀ ਰਾਤ ਇੱਥੇ ਸਾਰਿਆਂ ਨੂੰ ਟਾਟਾ ਬਾਬਾ ਸਾਰੇ ਨਾਰਾ ਜੀ, ਵਕਤ ਹੋ ਗਿਆ ਜੀ ਹਮਾਰਾ। ਦੇਖਦੇ ਰਹੋ ZTV ਕੈਨੇਡਾ ਐਂਡ ਹੈਪੀ ਜ਼ੀ। ਦੇਖ ਰਹੇ ZTV ਕੈਨੇਡਾ, ZTV ਕੈਨੇਡਾ।